ਸਤਿ ਸ਼੍ਰੀ ਅਕਾਲ ਜੀ। USA ਇੱਕ ਉਹ ਕੰਟਰੀ ਜਿੱਥੇ ਸ਼ਾਇਦ ਪੰਜਾਬ 'ਚ ਜੰਮਿਆ ਹਰ ਬੰਦਾ ਇੱਕ ਵਾਰੀ ਜਾਣ ਦਾ ਸੁਪਨਾ ਜ਼ਰੂਰ ਦੇਖਦਾ, ਔਰ ਇਸ ਸੁਪਨੇ ਨੂੰ ਪੂਰਾ ਕਰਨ ਲਈ ਗਲਤ ਰਸਤਾ ਵੀ ਇਖਤਿਆਰ ਕੀਤਾ ਜਾਂਦਾ। ਰੀਸੈਂਟ ਇੰਸੀਡੈਂਟ ਜਿਹੜਾ 300-400 ਬੱਚਾ ਮੈਕਸੀਕੋ ਥਾਣੀ ਐਂਟਰ ਹੋਇਆ ਸੀਗਾ ਉਹ ਵਾਪਸ ਆਇਆ। ਸੋ US ਗੌਰਮੈਂਟ ਵੱਲੋਂ ਸਟ੍ਰਿਕਟਨੈਸ ਹੋਈ। ਕਿਉਂ ਇਹ ਰਸਤੇ ਇਖਤਿਆਰ ਕੀਤੇ ਜਾਂਦੇ, ਕਿਉਂ 25-25-30-30 ਲੱਖ ਦੇ ਵਿੱਚ ਅਸੀਂ ਆਪਣੀ ਜਾਨ ਦਾ ਸੌਦਾ ਕਰਦੇ ਹੋ, ਪੇਰੈਂਟਸ ਕਿਉਂ ਨਿਆਣਿਆਂ ਨੂੰ ਇਸ ਰਿਸਕ ਦੇ ਵਿੱਚ ਚਾੜਦੇ ਨੇ, ਜਦਕਿ ਸਿੱਧਾ ਸਿੱਧਾ ਤਰੀਕਾ ਹੈਗਾ USA ਜਾਣ ਦਾ। ਅੰਬੈਸੀ ਖੁੱਲ੍ਹੀ ਹੋਈ ਹੈ ਦਿੱਲੀ ਦੇ ਵਿੱਚ, ਚੇਨਈ ਦੇ ਵਿੱਚ, ਕਲਕੱਤਾ ਦੇ ਵਿੱਚ, 5-5 ਹਾਈ ਕਮਿਸ਼ਨਸ ਜਿਹੜੀਆਂ ਹੈਗੀਆਂ ਇੰਡੀਆ ਦੇ ਵਿੱਚ ਖੁੱਲ੍ਹੀਆਂ। ਕੀ ਉਹ ਵੀਜ਼ਾ ਦੇਣ ਲਈ ਨਹੀਂ ਖੁੱਲ੍ਹੀਆਂ? ਸੋ ਇੱਕ ਰੀਸੈਂਟ ਵੀਜ਼ਾ USA ਦਾ ਸਟੂਡੈਂਟ ਵੀਜ਼ਾ, ਜੇ ਤੁਸੀਂ ਵੀ ਪੜ੍ਹਾਈ ਕੀਤੀ ਹੋਈ ਹੈ, ਅੱਗੋਂ ਪੜ੍ਹਾਈ ਕਰਨ ਜਾਣਾ ਚਾਹੁੰਦੇ ਹੋ, ਸਿਰਫ ਇਕੱਲੀ ਅੰਬੈਸੀ ਹੈ ਜਿੱਥੇ ਇੰਗਲਿਸ਼ ਬੋਲ ਕੇ ਵੀਜ਼ਾ ਲੈ ਲੈਣਾ, ਦਿਖਾਉਣਾ ਨਹੀਂ ਕਿ ਭਾਈ ਮੇਰੇ ਆਇਲਟਸ ਚੰਨੇ ਸਕੋਰ ਨੇ ਜਾਂ ਮੈਂ ਕੀ ਕੀਤਾ ਹੋਇਆ। ਇੱਕ ਜਨਰਲ ਇੰਟਰਵਿਊ ਦੇ ਵਿੱਚ ਜਿਸ 'ਚ ਤੁਹਾਨੂੰ ਤੁਹਾਡੇ ਬਾਰੇ ਪੁੱਛਿਆ ਜਾਂਦਾ, ਉਸ ਇੰਟਰਵਿਊ ਦੇ ਬੇਸ ਦੇ ਉੱਤੇ ਵੀਜ਼ਾ ਮਿਲਦਾ, ਸਿਰਫ ਇਹ ਦੱਸਣਾ ਕਿ ਤੁਸੀਂ ਇੱਕ ਜੈਨੂਅਨ ਸਟੂਡੈਂਟ ਹੋ। ਸੋ ਗਗਨ ਨੇ ਵੀਜ਼ਾ ਲਿਆ, ਗਗਨ ਦਾ ਵੀਜ਼ਾ ਗ੍ਰਾਂਟ ਹੋਇਆ ਜਸਟ ਰੀਸੈਂਟਲੀ। ਇੱਕ ਸਟੇਟ ਯੂਨੀਵਰਸਿਟੀ ਦੇ ਵਿੱਚ ਇਹਨੂੰ ਐਡਮਿਸ਼ਨ ਕਰਾ ਕੇ ਦਿੱਤੀ ਸੀ, ਉਹ ਸਟੇਟ ਯੂਨੀਵਰਸਿਟੀ ਦੇ ਵਿੱਚ ਉਹਦੀ ਆਫਰ ਲੈਟਰ I-20 ਮੰਗਾ ਕੇ, ਜੋ ਸਾਰਾ ਪ੍ਰੋਸੀਜਰ ਹੈਗਾ, ਸੈਵਿਸ ਫੀਸ ਪੇ ਕਰਕੇ, ਅੰਬੈਸੀ ਫੀਸ ਪੇ ਕਰਕੇ, ਗਗਨ ਨੇ ਸਾਰੇ ਪੈਸੇ ਉਹਨੂੰ ਦਿੱਤੇ। ਜਦੋਂ ਉਹਦਾ ਵੀਜ਼ਾ ਲੱਗ ਗਿਆ ਉਦੋਂ ਉਹਨੇ ਯੂਨੀਵਰਸਿਟੀ ਦੇ ਪੈਸੇ ਦਿੱਤੇ, ਉਦੋਂ ਕਿਸੇ ਵੀ ਤਰ੍ਹਾਂ ਦਾ ਉਹਦਾ ਖਰਚਾ ਹੋਇਆ। ਸੋ ਜੇ ਸਿੱਧੇ ਰਸਤੇ ਕਿਸੇ ਵੀ ਕੰਟਰੀ ਜਾ ਕੇ ਪੜ੍ਹਾਈ ਕਰਨ ਦੇ ਜਾਂ ਰਹਿਣ ਦੇ ਹੈਗੇ ਆ, ਫਿਰ ਆਪਾਂ ਇਹ ਡੌਂਕੀਆਂ ਦੇ ਰਸਤੇ, ਫਿਰ ਆਪਾਂ ਇਹ ਵਾਇਆ ਬਾਰਡਰ ਟੱਪ ਕੇ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ, ਔਰ ਦੁੱਗਣੇ ਤਿਗਣੇ ਪੈਸੇ ਖਰਚ ਕੇ ਇਹ ਕੰਮ ਕਿਉਂ ਕਰਦੇ ਆ? ਤੁਸੀਂ USA ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ, ਘੁੰਮਣ ਜਾਣਾ ਚਾਹੁੰਦੇ ਹੋ, ਟੂਰ ਪੈਕੇਜਸ ਬਣ ਜਾਂਦੇ ਆ, ਉਹਨਾਂ ਦੇ ਬੇਸਿਸ ਦੇ ਉੱਤੇ ਘੁੰਮਣ ਜਾਓ। ਪੜ੍ਹਾਈ ਕਰਨ ਜਾਣਾ ਚਾਹੁੰਦੇ ਹੋ, ਡਾਕੂਮੈਂਟ ਲਓ, ਐਜ਼ ਏ ਵਿਜ਼ਟਰ ਜਾਣਾ ਚਾਹੁੰਦੇ ਹੋ, ਆਪਣੇ ਜੋ ਫਾਈਨੈਂਸ਼ੀਅਲਸ ਹੈਗੇ ਉਹ ਸਾਰਾ ਕੁਝ ਲੈ ਕੇ ਆਓ, ਮਿਲੋ। ਜੇ ਸਿੱਧਾ ਰਸਤਾ ਮਿਲਦਾ ਤਾਂ ਰੱਬ ਦਾ ਵਾਸਤਾ, ਜੇ ਇਹ ਵਾਇਆ ਵਾਲੇ ਰਸਤੇ ਇਹ ਗੌਟੇਮਾਲਾ ਅਤੇ ਹੋਰ ਕੰਟਰੀਆਂ ਦੇ ਥਰੂ ਜਾ ਕੇ, ਜੰਗਲਾਂ ਦੇ ਵਿੱਚੋਂ ਜਾ ਕੇ, ਕਿਸ਼ਤੀਆਂ ਦੇ ਵਿੱਚੋਂ ਜਾ ਕੇ, ਪਤਾ ਨਹੀਂ ਕਿੰਨੇ ਲੋਕ ਨੇ ਜਿਹੜੇ ਕਦੀ ਮੁੜੇ ਹੀ ਨਹੀਂ। ਸੋ ਸਹੀ ਤਰੀਕੇ, ਸਹੀ ਰਸਤੇ ਨਾਲ ਜਾਓ, ਡਾਕੂਮੈਂਟ ਚੱਕੋ, ਆ ਕੇ ਮੈਨੂੰ ਮਿਲੋ, ਮੈਂ ਦੱਸੂੰਗਾ ਤੁਹਾਨੂੰ USA ਦਾ ਸਟੂਡੈਂਟ ਵੀਜ਼ਾ ਕਿੱਦਾਂ ਲੱਗਦਾ, ਵਿਜ਼ਟਰ ਵੀਜ਼ਾ ਕਿੱਦਾਂ ਲੱਗਦਾ, ਕਿੱਦਾਂ ਉੱਥੇ ਜਾ ਕੇ ਤੁਸੀਂ ਰਹਿ ਸਕਦੇ ਹੋ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।